ਹਾਂਜੀ, ਅੱਜ ਤੁਹਾਨੂੰ ਦੱਸਦੇ ਹਾਂ ਕਿ ਜੇ ਤੁਸੀਂ ਇੰਡੀਆ ਦੇ ਸਿਟੀਜ਼ਨ ਹੋ, ਇੰਡੀਆ ਦਾ ਪਾਸਪੋਰਟ ਹੈ ਤੁਹਾਡੇ ਕੋਲ, ਤਾਂ ਤੁਸੀਂ ਕਰਤਾਰਪੁਰ ਕੋਰੀਡੋਰ ਲਈ ਕਿਵੇਂ ਅਪਲਾਈ ਕਰਨਾ। ਆ ਪਹਿਲਾਂ ਉਹਨਾਂ ਦੀ ਵੈਬਸਾਈਟ ਹੈ ਪ੍ਰਕਾਸ਼ਪੁਰ 550, ਉਹਦੇ ਵਿੱਚ ਲਿਖਿਆ ਅਪਲਾਈ ਔਨਲਾਈਨ। ਤਾਂ ਇਹ ਜੇ ਤੁਸੀਂ ਤੁਹਾਡੇ ਕੋਲ ਘਰ ਕੰਪਿਊਟਰ ਹੈਗਾ ਉਸ 'ਤੇ ਅਪਲਾਈ ਕਰ ਸਕਦੇ ਹੋ, ਨਹੀਂ ਤਾਂ ਕੋਈ ਸਰਕਾਰ ਦੇ ਸੁਵਿਧਾ ਸੈਂਟਰ ਦੇ ਵਿੱਚ ਜਾ ਕੇ ਵੀ ਅਪਲਾਈ ਕਰ ਸਕਦੇ ਹੋ। ਇਹ ਅਗਲੀ ਸਕਰੀਨ ਹੈ, ਇੱਥੇ ਤੁਹਾਨੂੰ ਪੁੱਛ ਰਿਹਾ ਦੋ ਕੈਟੇਗਰੀਆਂ ਕਿ ਤੁਹਾਡੀਆਂ ਇੰਡੀਅਨ ਪਾਸਪੋਰਟ ਹੋਲਡਰ ਹੋ ਤੁਸੀਂ ਜਾਂ ਤੁਹਾਡੇ ਕੋਲ OCI ਕਾਰਡ। OCI ਕਾਰਡ ਹੈ ਜੇ ਤੁਸੀਂ ਜਿਵੇਂ US ਤੁਸੀਂ NRI ਹੋ, ਤੁਸੀਂ ਨਾਲ ਇੰਡੀਆ ਦਾ OCI ਕਾਰਡ ਬਣਾਇਆ ਹੈ, ਇਹ ਉਹਨਾਂ ਵਾਸਤੇ ਹੈ। ਤਾਂ ਇਹ ਤੁਸੀਂ ਇੰਡੀਆ ਦੇ, ਕਿਉਂਕਿ ਜੇ ਤੁਹਾਡੇ ਕੋਲ ਤੁਸੀਂ ਕਿਸੇ ਹੋਰ ਕੰਟਰੀ ਦੇ ਰੈਜੀਡੈਂਟ ਹੋ, ਜੇ ਤੁਹਾਡੇ ਕੋਲ OCI ਕਾਰਡ ਹੈਗਾ ਤੁਸੀਂ, ਫਿਰ ਤੁਸੀਂ ਵੀ ਜਾ ਸਕਦੇ ਹੋ। ਸੋ ਮੈਂ ਕਲਿੱਕ ਕਰਨ ਲੱਗਿਆ ਇੰਡੀਅਨ ਪਾਸਪੋਰਟ ਹੋਲਡਰ, ਕਿ ਮੈਂ ਆਪਣੇ ਡੈਡ ਲਈ ਅਪਲਾਈ ਕਰਨ ਲੱਗਿਆ। ਤਾਂ ਇੱਥੋਂ ਤੁਹਾਡੀ ਕਿਹੜੀ ਡੇਟ ਜਰਨੀ, ਕਿਹੜੀ ਤਰੀਕ ਨੂੰ ਤੁਸੀਂ ਜਾਣਾ, ਤੁਹਾਨੂੰ ਘੱਟ ਤੋਂ ਘੱਟ 15 ਦਿਨ ਪਹਿਲਾਂ ਅਪਲਾਈ ਕਰਨਾ ਪਏਗਾ। ਮੇਰਾ 18 ਫਰਵਰੀ ਨੂੰ ਜਾਣ ਦਾ ਪਲੈਨ ਹੈ। ਤੋ ਸਲੋਟਸ ਅਵੇਲੇਬਲ ਕਹਿ ਰਿਹਾ ਕਿ ਸਾਰੀਆਂ ਡੇਟ ਕਿ 1 ਤਰੀਕ ਨੂੰ, ਕਿਉਂਕਿ ਇੰਨੀਆਂ ਅਵੇਲੇਬਲ ਹੈ। ਉਸ ਤੋਂ ਬਾਅਦ ਮੈਂ ਕਲਿੱਕ ਕਰਦਾ ਕੰਟੀਨਿਊ। ਹੁਣ ਇਹ ਮੈਨੂੰ ਅਗਲੀ ਸਕਰੀਨ 'ਤੇ ਲੈ ਕੇ ਜਾਏਗਾ। ਅਗਲੀ ਸਕਰੀਨ 'ਤੇ ਸਾਰੀ ਇਹ ਪੁੱਛ ਰਿਹਾ ਕਿ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਪਾਸਪੋਰਟ ਹੈ, ਆਰਡੀਨਰੀ ਪਾਸਪੋਰਟ ਹੈ, ਅਤੇ ਅੱਗੇ ਸਾਰੀਆਂ ਪਾਸਪੋਰਟ ਦੀ ਇਨਫੋਰਮੇਸ਼ਨ ਪੁੱਛ ਰਿਹਾ ਕਿ ਪਾਸਪੋਰਟ ਦਾ ਨੰਬਰ ਕਿਹਾ ਹੈ, ਕਿੰਨੀ ਤਰੀਕ ਨੂੰ ਇਸ਼ੂ ਹੋਇਆ, ਕਦੋਂ ਐਕਸਪਾਇਰ ਹੋਣਾ, ਕਿੱਥੇ ਇਸ਼ੂ ਹੋਇਆ। ਇਹ ਸਾਰੀਆਂ ਚੀਜ਼ਾਂ ਪਾਸਪੋਰਟ ਦੇ ਉੱਪਰ ਲਿਖੀਆਂ ਹੁੰਦੀਆਂ, ਤੁਸੀਂ ਉਹ ਦੇਖ ਕੇ ਪੜ੍ਹ ਲਓ। ਅਤੇ ਮੈਂ ਇਹ ਇਨਫੋਰਮੇਸ਼ਨ ਐਂਟਰ ਕਰਦਾ, ਫਿਰ ਮੈਂ ਤੁਹਾਨੂੰ ਅਗਲੀ ਸਕਰੀਨ 'ਤੇ ਲੈ ਕੇ ਜਾਊਂਗਾ। 2-3 ਸਕਰੀਨਾਂ ਤੋਂ ਬਾਅਦ, ਉਹਨਾਂ ਵਿੱਚ ਇਨਫੋਰਮੇਸ਼ਨ ਸਾਰੀ ਪਾਸਪੋਰਟ ਅਤੇ ਹੋਰ ਤੁਸੀਂ ਡਿਟੇਲ ਐਡ ਕਰਨ ਤੋਂ ਬਾਅਦ ਤੁਹਾਨੂੰ ਇਨਫੋਰਮੇਸ਼ਨ ਆ ਜਾਏਗਾ ਕਿ ਤੁਸੀਂ ਇਨਫੋਰਮੇਸ਼ਨ ਆਪਣੀ ਚੈੱਕ ਕਰ ਲਓ ਅਤੇ ਫਿਰ ਸਬਮਿਟ ਕਰ ਦਿਓ। ਅਤੇ ਜਦੋਂ ਸਬਮਿਟ ਕਰੋਗੇ ਉਸ ਤੋਂ ਬਾਅਦ ਇਹ ਪੁੱਛੇਗਾ ਤੁਹਾਨੂੰ ਅਪਲੋਡ ਫੋਟੋਗ੍ਰਾਫ, ਇੱਕ ਤੁਹਾਨੂੰ ਆਪਣੀ ਪਾਸਪੋਰਟ ਦੀ ਫੋਟੋਗ੍ਰਾਫ ਅਪਲੋਡ ਕਰਨੀ ਪਏਗੀ। ਅਤੇ ਉਸ ਤੋਂ ਬਾਅਦ ਤੁਸੀਂ ਫੋਟੋ ਅਪਲੋਡ ਕਰਨ ਤੋਂ ਬਾਅਦ ਤੁਹਾਨੂੰ 2 ਪਾਸਪੋਰਟ ਦਾ ਫਸਟ ਅਤੇ ਲਾਸਟ ਪੇਜ ਅਪਲੋਡ ਕਰਨਾ ਪਏਗਾ। ਅਤੇ ਉਹ ਥੋੜ੍ਹਾ ਧਿਆਨ ਰੱਖਣਾ ਪੈਣਾ ਕਿ ਜਿਹੜੀ ਫੋਟੋ ਹੈ JPEG ਫੋਰਮੈਟ 'ਚ ਹੋਣੀ ਚਾਹੀਦੀ ਹੈ, ਅਤੇ ਪਾਸਪੋਰਟ ਦੀਆਂ ਕਾਪੀਆਂ PDF ਫੋਰਮੈਟ ਵਿੱਚ ਹੋਣੀਆਂ ਚਾਹੀਦੀਆਂ। ਅਤੇ ਉਸ ਤੋਂ ਬਾਅਦ ਤੁਸੀਂ ਸਬਮਿਟ ਕਰ ਦਿਓ ਅਤੇ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਮਿਲ ਜਾਏਗਾ, ਅਤੇ ਜਿਹੜੀ ਅਤੇ ਇਹ ਤੁਹਾਨੂੰ ਜਿਹੜੀ ਤੁਸੀਂ ਈਮੇਲ ਐਡਰੈਸ ਲਿਖਿਆ ਉਸ 'ਤੇ ਈਮੇਲ ਵੀ ਆ ਜਾਏਗੀ। ਔਨਲਾਈਨ ਅਪਲਾਈ ਕਰਨ ਤੋਂ ਤਕਰੀਬਨ 10 ਕੁ ਦਿਨ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੇ ਸਟੇਟਸ ਦਾ। ਅਤੇ ਇਨਕੁਆਇਰੀ ਦੇ ਵਿੱਚ ਪੁਲਿਸ ਵੈਰੀਫਿਕੇਸ਼ਨ ਵੀ ਕਰਦੇ ਹਾਂ, ਤੁਹਾਡੇ ਜੋ ਵੀ ਤੁਸੀਂ ਇੰਡੀਆ ਦਾ ਐਡਰੈਸ ਦਿੱਤਾ ਹੋਏਗਾ, ਤੁਹਾਡਾ ਪਾਸਪੋਰਟ ਵਗੈਰਾ ਅਤੇ ਤੁਹਾਡੀ ਰੈਜੀਡੈਂਸ ਵਗੈਰਾ ਚੈੱਕ ਕਰਨ ਲਈ। ਅਤੇ ਜਾਣ ਤੋਂ ਤਕਰੀਬਨ 4 ਦਿਨ ਪਹਿਲਾਂ ਤੁਸੀਂ ਇੱਥੇ ਸਟੇਟਸ ਚੈੱਕ ਕਰ ਸਕਦੇ ਹੋ, ਰਜਿਸਟ੍ਰੇਸ਼ਨ ਸਟੇਟਸ। ਅਤੇ ਕਲਿੱਕ ਕਰਕੇ ਤੁਹਾਨੂੰ ਪੁੱਛੇਗਾ ਕਿ ਜੋ ਵੀ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਸੀਗਾ ਅਤੇ ਪਾਸਪੋਰਟ ਨੰਬਰ ਸੀਗਾ। ਅਤੇ ਉਸ ਤੋਂ ਬਾਅਦ ਤੁਹਾਨੂੰ ਤੁਹਾਡਾ ETA ਫਾਰਮ, ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ ਫਾਰਮ, ਤੁਸੀਂ ਡਾਊਨਲੋਡ ਕਰ ਸਕਦੇ ਹੋ PDF ਵਿੱਚ, ਜੋ ਕਿ ਤਕਰੀਬਨ ਇਸ ਤਰ੍ਹਾਂ ਦਾ ਹੋਏਗਾ। ਅਤੇ ਇਹ ਫਾਰਮ ਬਹੁਤ ਜ਼ਰੂਰੀ, ਇਸ ਤੋਂ ਬਿਨਾਂ ਤੁਹਾਨੂੰ ਕੋਈ ਐਂਟਰੀ ਨਹੀਂ ਦੇਣ ਦਿੰਦੇ। ਅਤੇ ਇਹਦੇ ਉੱਪਰ ਲਿਖਿਆ ਹੋਣਾ ਚਾਹੀਦਾ ਰਜਿਸਟ੍ਰੇਸ਼ਨ ਸਟੇਟਸ ਕਨਫਰਮਡ, ਸਿਰਫ ਜੇ ਕਨਫਰਮਡ ਹੈ ਸਿਰਫ ਤਾਂ ਜਾਣ ਦੇਣਗੇ, ਜੇ ਇਸ 'ਤੇ ਕਨਫਰਮ ਨਹੀਂ ਹੈਗਾ ਫਿਰ ਉਹਨਾਂ ਨੇ ਜਾਣ ਨਹੀਂ ਦੇਣਾ, ਫਿਰ ਤੁਹਾਨੂੰ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਲੈ ਚੱਲਦਾ। ਅਤੇ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਲੈ ਚੱਲਦੇ ਹਾਂ। ਇੱਥੇ ਮੈਂ ਆਪਣੀ ਭੂਆ ਜੀ ਦੇ ਨਾਲ ਗਿਆ ਸੀਗਾ, ਜਿਨ੍ਹਾਂ ਜੋ ਇੰਡੀਅਨ ਸਿਟੀਜ਼ਨ। ਅਤੇ ਇਹ ਸਭ ਤੋਂ ਪਹਿਲਾਂ ਤੁਸੀਂ ਇੱਥੇ ਕਾਰ ਪਾਰਕ ਕਰੋਗੇ ਇੰਡੀਆ ਟਰਮੀਨਲ 'ਤੇ, ਅਤੇ ਇੱਥੇ ਉਹ ਤੁਹਾਡਾ ETA ਫਾਰਮ ਚੈੱਕ ਕਰਨਗੇ, ਤੁਹਾਡਾ ਪਾਸਪੋਰਟ ਚੈੱਕ ਕਰਨਗੇ, ਅਤੇ ਕਈ ਵਾਰੀ ਪੋਲੀਓ ਦੀ ਵੈਕਸੀਨ ਵੀ ਦਿੰਦੇ ਆ। ਅਤੇ ਉਸ ਤੋਂ ਬਾਅਦ ਤੁਸੀਂ ਜੋ ਤੁਹਾਨੂੰ ਜੇ ਕਿਸੇ ਵੀ ਕਿਸੇ ਨੂੰ ਬਜ਼ੁਰਗ ਨੂੰ ਵੀਲ ਚੇਅਰ ਚਾਹੀਦੀ ਹੈ ਤਾਂ ਵੀਲ ਚੇਅਰਾਂ ਬਹੁਤ ਆ, ਉਹਨਾਂ ਕੋਲ ਵੀਲ ਚੇਅਰਾਂ ਪ੍ਰੋਵਾਈਡ ਕਰ ਦਿੰਦੇ ਹਾਂ। ਅਤੇ ਮੈਂ ਬਾਰਡਰ ਕ੍ਰੋਸ ਕਰਕੇ ਪਾਕਿਸਤਾਨ ਵਾਲੀ ਸਾਈਡ ਜਾ ਰਿਹਾ। ਅਤੇ ਹੁਣ ਇਹ ਪਾਕਿਸਤਾਨ ਵਾਲੀ ਸਾਈਡ 'ਤੇ ਤੁਹਾਨੂੰ ਇੱਕ ਈ ਰਿਕਸ਼ੇ ਵਰਗੀ ਉਹਦੇ ਵਿੱਚ ਲੈ ਕੇ ਤੁਹਾਨੂੰ ਪਾਕਿਸਤਾਨ ਟਰਮੀਨਲ 'ਤੇ ਲੈ ਕੇ ਜਾਣਗੇ। ਅਤੇ ਇਹ ਪਾਕਿਸਤਾਨੀ ਟਰਮੀਨਲ ਹੈ ਜਿੱਥੇ ਤੁਹਾਨੂੰ $20 ਫੀਸ ਪੇ ਕਰਨੀ ਪਏਗੀ। ਅਤੇ ਤੁਹਾਡਾ ਉੱਥੇ ਉਹ ETA ਫਾਰਮ ਚੈੱਕ ਕਰਨਗੇ ਅਤੇ ਪਾਸਪੋਰਟ ਵੀ ਚੈੱਕ ਕਰਨਗੇ, ਸਿਰਫ ਫਾਰਮ ਚੈੱਕ ਕਰਨਗੇ, ਪਾਸਪੋਰਟ 'ਤੇ ਕੋਈ ਵੀ ਸਟੈਂਪ ਨਹੀਂ ਲਾਈ ਜਾਏਗੀ। ਅਤੇ ਉਸ ਤੋਂ ਬਾਅਦ ਇਹ ਸਿਰਫ 2-3 ਮਿੰਟ ਦੇ ਵਿੱਚ ਤੁਸੀਂ ਕਲੀਅਰ ਹੋ ਜਾਓਗੇ। ਅਤੇ ਉਸ ਤੋਂ ਬਾਅਦ ਤੁਹਾਨੂੰ ਪਾਕਿਸਤਾਨ ਗੌਰਮੈਂਟ ਬੱਸ ਪ੍ਰੋਵਾਈਡ ਕਰਦੀ ਹੈ ਜਿਹੜੀ ਤੁਹਾਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਏਗੀ, ਜੋ 3-4 ਕਿਲੋਮੀਟਰ ਦੂਰ ਹੈ। ਅਤੇ ਇਹ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊਟੀ ਜਿੱਥੋਂ ਮੇਨ ਐਂਟਰੈਂਸ। ਇਹ ਕਾਫ਼ੀ ਵੱਡਾ ਗੁਰਦੁਆਰਾ, 40 ਏਕੜ ਦੇ ਵਿੱਚ ਕੰਪਲੈਕਸ ਬਣਿਆ ਅਤੇ ਤਕਰੀਬਨ 60 ਏਕੜ ਉਹਦੀ ਜ਼ਮੀਨ ਵੀ ਹੈ ਜੋ ਬਾਬਾ ਗੁਰੂ ਨਾਨਕ ਸਾਹਿਬ ਦੇ ਉਦੋਂ ਖੇਤੀ ਕਰਦੇ ਸੀ 100 ਏਕੜ ਦੇ ਟੋਟਲ ਏਰੀਏ ਦੇ ਵਿੱਚ। ਅਤੇ ਇਹ
ਪੁਰਾਣਾ ਗੁਰਦੁਆਰਾ ਓਰੀਜਨਲ ਗੁਰਦੁਆਰਾ ਅਤੇ ਨਵਾਂ ਜੋ ਕਿਰਪਾਨ ਦਾ ਉਹਨਾਂ ਨੇ ਮੋਨੂਮੈਂਟ ਬਣਾਇਆ। ਇਹ ਪੁਰਾਣਾ ਗੁਰਦੁਆਰਾ 1925 ਵਿੱਚ ਬਣਿਆ ਸੀਗਾ ਅਤੇ ਇਹਦੇ ਵਿੱਚ ਇਹਦੀ ਚੰਗੀ ਇਹਨੂੰ ਇਹ ਉਸੇ ਤਰ੍ਹਾਂ ਦਾ ਰੱਖਿਆ ਹੋਇਆ ਪਰ ਉਹਨੂੰ ਚੰਗਾ ਪੇਂਟ ਵਗੈਰਾ ਕੀਤਾ ਰਿਪੇਅਰ ਕੀਤੀ ਹੋਈ ਹੈ ਅਤੇ ਇਹ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਖੰਡਾ ਬਣਾਇਆ ਹੋਇਆ ਜ਼ਮੀਨ ਦੇ ਵਿੱਚ ਇਹ 2-3 ਏਕੜ ਜਗ੍ਹਾ ਵਿੱਚ ਬਣਿਆ ਹੋਇਆ। ਅਤੇ ਹੁਣ ਵਾਪਸੀ ਆਉਣ ਦੀ ਤਿਆਰੀ, ਤੁਸੀਂ ਸਿਰਫ ਦਿਨ ਦਾ ਟਾਈਮ ਉੱਥੇ ਪਾਕਿਸਤਾਨ ਵਿੱਚ ਲਾ ਸਕਦੇ ਹੋ, ਸ਼ਾਮ ਨੂੰ ਤੁਹਾਨੂੰ 5 ਵਜੇ ਤੋਂ ਪਹਿਲਾਂ 4-5 ਵਜੇ ਤੁਹਾਨੂੰ ਵਾਪਸ ਆਉਣਾ ਪਏਗਾ ਅਤੇ ਵਾਪਸ ਇੰਡੀਆ ਦੀ ਬਾਰਡਰ ਲਾਈਨ ਕ੍ਰੋਸ ਕਰਦੇ ਹੋਏ। ਅਤੇ ਇਹ ਇੰਡੀਆ ਦਾ ਬਾਰਡਰ ਗੇਟ ਹੈ ਅਤੇ ਜਦੋਂ ਤੁਸੀਂ ਵਾਪਸ ਆਓਗੇ ਤਾਂ ਤੁਹਾਡਾ ਉਹ ਫਿਰ ETA ਫਾਰਮ ਚੈੱਕ ਕਰਨਗੇ ਅਤੇ ਪਾਸਪੋਰਟ ਚੈੱਕ ਕਰਨਗੇ ਅਤੇ ਇੱਥੇ ਤੁਸੀਂ ਦੇਖੋ ਸਿਰਫ ਉਹਨਾਂ ਨੇ ਸਟੈਂਪ ਕਰਨੀ ਹੈ ETA ਫਾਰਮ 'ਤੇ ਜੋ ਉਹਨਾਂ ਨੇ ਵਾਪਸ ਲੈ ਲੈਣਾ। ਤੁਹਾਡੇ ਪਾਸਪੋਰਟ 'ਤੇ ਕੋਈ ਸਟੈਂਪ ਨਹੀਂ ਲੱਗੇਗੀ, ਕੋਈ ਐਂਟਰੀ ਐਗਜ਼ਿਟ ਨਹੀਂ ਹੈ, ਸੋ ਕੋਈ ਪਰੂਫ ਨਹੀਂ ਹੈ ਇਸ ਗੱਲ ਦਾ ਕਿ ਤੁਸੀਂ ਪਾਕਿਸਤਾਨ ਜਾ ਕੇ ਆਏ ਹੋ ਅਤੇ ਕਿਉਂਕਿ ਕਈ ਲੋਕ ਇਸ ਤੋਂ ਬੜਾ ਡਰਦੇ ਹੈ। ਤਾਂ ਚਲੋ, ਵਾਹਿਗੁਰੂ ਤੁਹਾਡੀ ਅਗਲੀ ਯਾਤਰਾ ਸਫਲ ਕਰੇ।